ਅਸਲਾਮੁਆਲਿਕੋ ਮੇਰੇ ਕਿਸਾਨ ਦੋਸਤੋ ਕੀ ਹਾਲ ਹਨ ਤੁਹਾਡੇ ਉਮੀਦ ਕਰਨਾ ਕਿ ਤੁਸੀਂ ਠੀਕ ਹੋ ਸੋ ਔਰ ਅਲhamdulillah ਅੱਲਾ ਦਾ ਸ਼ੁਕਰ ਹੈ ਮੈਂ ਵੀ ਠੀਕ ਹਾਂ ਅੱਛਾ ਜੀ ਅੱਜ ਦੀ ਮੇਰੀ ਵੀਡੀਓ ਹੈ ਮੌਸਮੀ ਮੱਕਈ ਦੇ ਹਵਾਲੇ ਨਾਲ 2023 ਮੌਸਮੀ ਮੱਕਈ ਦੇ ਹਵਾਲੇ ਨਾਲ ਕਿ ਆਇਆ ਕਦੋਂ ਤਾਈਂ ਅਸੀਂ ਇਹਨੂੰ ਕਾਸ਼ਤ ਕਰ ਸਕਦੇ ਹਾਂ ਤੇ ਕੀ ਤਰੀਕਾਕਾਰ ਹੈ ਇਹ ਸਾਰੀ ਮੈਂ ਤੁਹਾਡੇ ਨਾਲ ਮੁਕੰਮਲ ਗੱਲ ਕਰਨਾ ਵੀਡੀਓ ਤੁਸੀਂ ਮੁਕੰਮਲ ਵਿਖਿਆਏ ਸਾਰੀ ਡਿਟੇਲ ਤੁਹਾਨੂੰ ਦੱਸਣਾ ਕਿ ਆਇਆ ਉਤੋਂ ਅਸੀਂ ਕਿਹੜੀ ਫਸਲ ਗੜ ਸਕਨੇ ਆ ਜਾਂ ਕਿਹੜੀ ਗੜਨੀ ਹੈ ਤੇ ਮੌਸਮੀ ਮਕਾਈ ਦਾ ਕਿਹੜਾ ਟਾਈਮ ਹੈ ਕਿਤੋਂ ਟਾਈਮ ਵੀ ਜੀ ਜਾ ਸਕਦੀ ਸਾਰੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਤੁਹਾਨੂੰ ਦੱਸੇ ਨਾ ਵੀਡੀਓ ਤੁਸੀਂ ਮੁਕੰਮਲ ਵਖਿਆ ਅੱਛਾ ਜੀ ਹਮੇਸ਼ਾ ਦੀ ਤਰ੍ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਜਿਤਨੇ ਵੀ ਨਵੇਂ ਬਰਾ ਮੇਰੇ ਚੈਨਲ ਨੂੰ ਵੇਦੇ ਪੈਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਹੀ ਬੈਲ ਦਾ ਬਟਨ ਹੈ ਉਸ ਤੇ ਕਲਿੱਕ ਕਰੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸੰਗੇ ਔਰ ਤੁਸੀਂ ਮੇਰੀ ਹਰ ਵੀਡੀਓ ਵੇਖ ਤੇ ਆਪਣੇ ਜ਼ਰਈ ਫਸਲਾਂ ਦੀ ਪੈਦਾਵਾਰ ਵਿੱਚ ਇਜ਼ਾਫਾ ਕਰ ਸੰਗੋ ਤੇ ਹੁਣ ਆਪਾਂ ਚੱਲਨੇ ਆਂ ਵੀਡੀਓ ਦੇ ਪਾਸੇ ਵੀਡੀਓ ਅੱਜ ਦੀ ਇਹ ਹੈ ਕਿ ਮੌਸਮੀ ਮੱਕੀ ਜਿਹੜੀ ਹੈ ਇਹ ਕਦੋਂ ਤੱਕ ਕਾਸ਼ਤ ਕੀਤੀ ਜਾ ਸਕਦੀ ਹੈ ਵੇਖੋ ਜੀ ਅਗਰ ਪਿਛਲੇ ਸਾਲ ਦੀ ਨਿਸ਼ਬਤ ਗੱਲ ਕੀਤੀ ਜਾਵੇ ਤੇ ਪਿਛਲੇ ਸਾਲ ਲੋਕਾਂ 1 ਸਤੰਬਰ 2 ਸਤੰਬਰ 5 ਸਤੰਬਰ ਤੱਕ ਵੀ ਲੋਕਾਂ ਮੱਕੀ ਦੀ ਕਾਸ਼ਤ ਕੀਤੀ ਹੈ ਲੇਕਿਨ ਸਭ ਤੋਂ ਪਹਿਲੇ ਤਾਂ ਤੁਸੀਂ ਵੇਖਣਾ ਕਿ ਉਤੋਂ ਤੁਸੀਂ ਜਿਹੜੀ ਹੈ ਉਹ ਕਿਹੇ ਸ਼ਕਾਸ਼ਤ ਕਰਨੀ ਹੈ ਅਗਰ ਤਾਂ ਤੁਸੀਂ ਕਣਕ ਕਾਸ਼ਤ ਕਰਨੀ ਤਾਂ ਫਿਰ ਤੁਸੀਂ ਉਹਨੂੰ ਅਗਸਤ ਦੇ ਵਿੱਚ ਹਰ ਸੂਰਤ ਵਿੱਚ ਮੁਕੰਮਲ ਕਰ ਲੈਣਾ ਚਾਹੀਦਾ ਕਿਉਂਕਿ ਜਿੰਨੀ ਵੀ ਜਲਦੀ ਹੋ ਸਕੇ ਜਿੰਨੀ ਵੀ ਜਲਦੀ ਹੋਵੇ 100 ਦਿਨ ਜਿਹੜੀ ਹੈ ਉਹ ਮਕਈ ਲੈ ਜਾਂਦੀ ਹੁੰਦੀ ਫਿਰ ਅੱਗੇ ਜਾ ਕੇ ਤੁਸੀਂ 11ਵੇਂ ਮਹੀਨੇ ਦੇ ਵਿੱਚ ਤੁਸੀਂ ਹਰ ਸੂਰਤ ਵਿੱਚ 11ਵੇਂ ਮਹੀਨੇ ਦੇ ਐਂਡ ਤੱਕ ਕਣਕ ਜਿਹੜੀ ਉਹ ਕਾਸ਼ਤ ਕਰਨੀ ਹੁੰਦੀ ਕਿਉਂਕਿ 12ਵੇਂ ਮਹੀਨੇ ਦੇ ਵਿੱਚ ਅਗਰ ਕਣਕ ਕਾਸ਼ਤ ਕੀਤੀ ਜਾਵੇ ਤੇ ਉਹ ਪਛੇ ਹੀ ਕਾਸ਼ਤ ਆ ਜਾਂਦੀ ਫਿਰ ਉਹਦਾ ਐਵਰੇਜ ਦਾ ਮਸਲਾ ਬਣਦਾ ਕਿਉਂਕਿ ਅਗਰ ਅਗੇਤੀ ਕਣਕ ਜਿਹੜੀ ਹੈ ਉਹ ਤੱਕ 50 60 ਮਾਣੋਵੇ ਤੇ ਫਿਰ ਪਛੇ ਹੀ ਜਿਹੜੀ ਉਹ 35 40 ਤੱਕ ਜਾ ਕੇ ਰੁਕ ਜਾਂਦੀ ਅਗਰ ਤਾਂ ਤੁਸੀਂ ਕਣਕ ਬੀਜਣੀ ਹੈ ਤੇ ਫਿਰ ਤੁਸੀਂ ਜਿਹੜਾ ਹੈ ਅਗਸਤ ਉਸ ਅਗਸਤ 15 ਅਗਸਤ ਤੱਕ ਤੁਸੀਂ ਕਾਸ਼ਤ ਕਰ ਲਓ ਅਗਰ ਤੁਸੀਂ ਕਹਣਾ ਕਿ ਨਹੀਂ ਬੀਜ ਨਹੀਂ ਕੁਝ ਮੇਰੇ ਵਿਦਾ ਜਿਹੜੇ ਇਸ ਮਕਈ ਤੋਂ ਬਾਅਦ ਫਿਰ ਅੱਗੇ ਜਾ ਕੇ ਜਨਵਰੀ ਫਰਵਰੀ ਦੇ ਵਿੱਚ ਉਹਨਾ ਮਕਈ ਲਾਣੀ ਹੁੰਦੀ ਤੇ ਫਿਰ ਉਹ ਅਗਰ ਥੋੜੇ ਦੇ ਲੇਟ ਵੀ ਕਰ ਲਵੇ ਤੇ ਉਹਦਾ ਕੋਈ ਇਸ਼ੂ ਨਹੀਂ ਹੁੰਦਾ ਅਗਰ ਫਰਜ਼ ਕੀਤਾ ਤੁਸੀਂ ਕਪਾ ਲਾਣੀ ਤੇ ਉਹਦੇ ਚ ਵੀ ਕੋਈ ਇਤਨਾ ਇਸ਼ੂ ਨਹੀਂ ਕਿ ਤੁਸੀਂ ਜਿਹੜਾ ਹੈ ਆਪਣਾ ਕੋਸ਼ਿਸ਼ ਕਰ ਸਕਦੇ ਨੇ ਤੇ ਉਹ ਤੁਸੀਂ ਜਿਹੜਾ ਹੈ ਨਾ ਉਹ ਅਗਰ ਫਰਜ਼ ਕੀਤਾ 1 ਕੰਸਟੰਬਰ 5 ਸਤੰਬਰ ਤੱਕ ਵੀ ਲਾਏ ਜਾਓ ਤੇ ਉਹਦਾ ਕੋਈ ایشو ਨਹੀਂ اگر ਮੌਸਮੀ ਹਾਲਾਤ ਦੇ حوالے ਨਾਲ ਗੱਲ ਕੀਤੀ ਜਾਵੇ ਤਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਮੌਸਮ ਤੇ ਕਾਫੀ ਚੇਂਜਿੰਗ ਹੈ ਕਿਉਂਕਿ ਪਹਿਲੇ ਗਰਮੀ ਜਿਹੜੀ ਹੈ ਉਹ ਜੂਨ ਜੁਲਾਈ ਦੇ ਵਿੱਚ ਗਰਮੀ ਹੁੰਦੀ ਹੈ ਹੁਣ ਤੁਸੀਂ ਇਸ ਸਾਲ ਤੁਸੀਂ ਅਗਰ ਤੁਸੀਂ ਵੇਖ ਲੋ ਤਾਂ ਜੂਨ ਜੁਲਾਈ ਦੇ ਵਿੱਚ ਕੋਈ ਗਰਮੀ ਦੀ ਇਤਨੀ ਸ਼ਿੱਦਤ ਨਹੀਂ ਹੋਈ ਜਿਸ ਤਰੀਕੇ ਪਹਿਲੇ ਸਾਲਾਂ ਵਿੱਚ ਲੂ ਵਗੈਰਾ ਚਲਦੀ ਆਈ ਗਰਮੀ ਦੀ شدت ਆਂਦੀ ਆਈ ਇਸ ਦਫਾ ਜਿਹੜਾ ਇਸ ਆਪਣਾ ਗਰਮੀ ਪਹਿਲੇ ਨਾ ਪਾਉਣ ਦੀ وجہ ਤੋਂ ਜਿਹੜੇ ਮਕਈ ਦੀ ਜਿਹੜੀ ਬਹਾਰੀਆ ਮਕਈ ਆਈ ਉਹਦੀ ਕਾਸ਼ਤ ਜਿਹੜੀ ਹਾਈ ਉਹਦੇ ਵਿੱਚ ਕਾਫੀ ਮਾਸ਼ਾਅੱਲਾ ਐਵਰੇਜ ਫਰਕ ਆਇਆ ਹਰ ਬੰਦੇ ਦੀ ਐਵਰੇਜ ਜਿਹੜੀ ਉਹ ਜ਼ਿਆਦਾ ਤੋਂ ਜ਼ਿਆਦਾ ਆਈਏ ਤੇ ਪਛਈ ਜਾ ਕੇ ਗਰਮੀ ਪੁੰਦੀ ਏ ਚਾਹੀਏ ਤੇ ਜੇ ਅਗਰ ਮੌਸਮੀ ਮੱਕੀ ਤੁਸੀਂ ਜਲਦੀ ਵਿਕਾਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ 10 ਦਿਨ ਕੇ ਜੁਲਾਈ ਦੀ ਆਉਸਤੂ ਤੁਸੀਂ ਲਗਤੇ ਯਾਨੀ ਕਿ 15 ਜੁਲਾਈ ਤੋਂ ਲਗਤੇ 15 ਅਗਸਤ ਤੱਕ ਦਾ ਇਹਦਾ ਅਵਲ ਟਾਈਮ ਹੈ ਇਹਦੇ ਅੰਦਰ ਤੁਸੀਂ ਕਾਸ਼ਤ ਕਰੋ ਕਿਉਂਕਿ ਫਿਰ ਅੱਗੇ ਜਾ ਕੇ ਜਦੋਂ ਕ੍ਰਾਸਿੰਗ ਜਲ ਜਦੋਂ ਦਾਣਾ ਮਣ ਰਿਹਾ ਹੁੰਦਾ ਉਸ ਵਕਤ ਇਹ ਅਗਰ ਗਰਮੀ ਦੀ ਸ਼ਿਦਾ ਇਜ਼ਾਫਾ ਹੋਵੇ ਅਗਰ ਫਰਜ਼ ਕੀਤਾ ਹਬਸ ਵਗੈਰਾ ਹੋਵੇ ਤੇ ਫਿਰ ਦਾਣਿਆਂ ਤੇ ਉਹਦੇ ਜਦੋਂ ਪੋਲਿੰਗ ਦਾ ਅਮਲ ਸ਼ੁਰੂ ਹੁੰਦਾ ਉਸ ਟਾਈਮ ਤੇ ਮਸਲਾ ਨਾ ਬਣੇ ਤੇ ਅਗਰ ਤੁਸੀਂ ਅਗਸਤ ਦੀ ਕਾਸ਼ ਕਰਦੇ ਨੇ ਤੇ ਉਹਦੇ ਚ ਇਹ ਹੈ ਕਿ ਤੁਸੀਂ ਕਣਕ ਜਿਹੜੀ ਉਹ ਮਾਸ਼ਾਅੱਲਾ ਅਗੇ ਇਤਰੀ ਕਾਸ਼ ਕਰ ਲਈ ਸੋ 11ਵੇਂ ਮਹੀਨੇ ਦੇ ਵਿੱਚ ਜਾ ਕੇ ਤੁਸੀਂ ਕਣਕ ਕਾਚ ਕਰ ਲਈ ਸੋ ਅਗਰ ਤੁਸੀਂ ਸਤੰਬਰ ਦੀ ਐਂਡ ਸੌਰੀ ਸਤੰਬਰ ਦੇ 5-7 ਨੂੰ ਤੁਸੀਂ ਜਾ ਕੇ ਕਾਸ਼ ਕਰਦੇ ਨੇ ਤਾਂ ਉਹਦਾ ਹੈ ਕਿ ਤੁਹਾਨੂੰ ਸਕੂਨ ਨਾਲ ਆਰਾਮ ਨਾਲ ਖਰੀਦ ਆਉਂਦੇ ਉਹਦੇ ਕੋਈ ਇਸ਼ੂ ਨਹੀਂ ਹੁੰਦਾ ਤੁਸੀਂ ਜਾ ਕੇ ਅੱਗੇ ਫਿਰ ਤੁਸੀਂ ਜਨਵਰੀ ਦੀ ਐਂਡ ਇਹ ਫਰਵਰੀ ਦੇ ਸ਼ੁਰੂ ਦੇ ਵਿੱਚ ਤੁਸੀਂ ਜਾ ਕੇ ਮੱਕਈ ਦੀ ਕਾਸ਼ਤ ਕਰਨੀ ਹੁੰਦੀ ਤੇ ਉਹਦਾ ਕੋਈ ਮਸਲਾ ਨਹੀਂ ਹੁੰਦਾ ਉਹ ਤੁਸੀਂ ਮਤਲਬ ਉਸੇ ਲਿ ਵਿੱਚ ਲਾ ਸਕਦੇ ਨੇ ਅਗਰ ਤੁਸੀਂ ਫਰਦ ਕਿਤੇ ਕਪਾਹ ਬੀਜਣੀ ਤਾਂ ਵੀ ਕੋਈ ਇਸ਼ੂ ਨਹੀਂ ਅਗਰ ਕਿਨੋਲਾ ਬੀਜਣਾ ਹੈ ਤਾਂ ਵੀ ਤੁਸੀਂ ਅਗਰ ਲੇਟ ਕਾਸ਼ਤ ਕਰ ਲੈਂਦੇ ਨੇ ਤਾਂ ਵੀ ਅਗਰ ਤੁਸੀਂ ਕਣਕ ਕਾਸ਼ਤ ਕਰਨੀ ਤਾਂ ਫਿਰ ਉਹਦੇ ਆਸਤੇ ਇਹ ਹੈ ਕਿ ਤੁਸੀਂ ਜਿੰਨਾ ਜਲਦੀ ਹੋ ਸਕੇ ਅਗਸਤ ਦੀ 15 ਤਰੀਕ ਤੱਕ ਆਪਣਾ ਜਿਹੜਾ ਨਾ 20 ਤਰੀਕ ਤੱਕ ਤੁਸੀਂ ਉਹਨੂੰ ਹਰ ਸੂਰਤ ਵਿੱਚ ਕਾਸ਼ਤ ਕਰ ਲੋ ਤਾਂ ਕਿ ਫਿਰ ਅਗੇ ਕਣਕ ਦੀ ਹਉਸਤੇ ਵਿੱਚ ਫਰਕ ਨਾ ਹੋਵੇ ਇਹ ਮੇਰੀ ਅੱਜ ਦੀ ਵੀਡੀਓ ਹੈ ਮੇਰਾ ਅੱਜ ਦਾ ਪੈਗਾਮ ਹੈ ਉਮੀਦ ਕਰਨਾ ਕਿ ਇਹ ਮੇਰੀ ਵੀਡੀਓ ਤੁਹਾਨੂੰ ਪਸੰਦ ਆ ਉਸੇ ਅਗਰ ਮੇਰੀ ਇਹ ਵੀਡੀਓ ਤੁਹਾਨੂੰ ਪਸੰਦ ਆਵੇ ਤੇ ਮੇਰੀ ਇਸ ਵੀਡੀਓ ਨੂੰ ਤੁਸੀਂ ਲਾਈਕ ਕਰਦੇ ਹੋ ਕਮੈਂਟ ਬਾਕਸ ਵਿੱਚ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਮੈਨੂੰ ਜ਼ਰੂਰ ਕਰਿਆ ਇਨਸ਼ਾਅੱਲਾ ਆਪਾਂ ਮਿਲਨੇ ਆਇਆ ਇਸੇ ਤਰ੍ਹਾਂ ਦੀ ਨਵੀਂ ਵੀਡੀਓਜ਼ ਵਿੱਚ ਉਦੋਂ ਤੱਕ ਅੱਲਾਹ ਫੇ